ਲਾਈਕ ਕਮੈਂਟ ਕਰ ਦਿਆ ਕਰੋ, ਇਦਾਂ ਹੀ ਨਾ ਚੱਲ ਜਾਇਆ ਕਰੋ। ਜੌਬ ਰਿਲੇਟਡ ਗੱਲ ਕਰਦਾ ਫੋਟੋ ਮੈਂ ਇੱਕ ਵਾਰੀ। ਉਹ ਵੀ ਗਾਈਸ ਆ ਗਏ ਨਹੀਂ ਫਿਰ, ਕੋਈ ਐਕਸਪੈਕਟੇਸ਼ਨਸ ਨਾ ਲੈ ਕੇ ਆਇਓ, ਮੂਵ ਕਰਨਾ ਪੈਣਾ ਵਾ। ਅਤੇ ਹੁਣ ਡਰਾਈਵਰ ਹੋ ਗਏ ਬਾਬਾ ਜੀ ਦੀ ਕਿਰਪਾ ਦੇ ਨਾਲ, ਅਤੇ ਹੁਣ ਹੋ ਗਏ ਤਾਂ ਵਾਧੂ ਜੌਬਾਂ 700-800 ਜੌਬਾਂ ਆਉਂਦੀਆਂ। ਅੱਗੇ ਸੰਧਰ ਕਿੱਧਰ ਜਾਂਦਾ ਇੱਧਰ ਆ, 500 ਕੇ। ਓ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ। ਅਤੇ ਜਿੱਦਾਂ ਕਿ ਆਪਣੇ 500 ਸਬਸਕ੍ਰਾਈਬਰ ਹੋ ਗਏ ਬਾਬਾ ਜੀ ਦੀ ਕਿਰਪਾ ਦੇ ਨਾਲ, ਅਤੇ ਹੁਣ ਆਪਾਂ ਅੱਜ ਸਵੇਰ ਦਾ ਵਲੌਗ ਜਿਹੜਾ ਸ਼ੁਰੂ ਕੀਤਾ, ਆਪਾਂ ਆਪਣੇ ਘਰੋਂ ਸ਼ੁਰੂ ਕੀਤਾ ਵਾਪਸ। ਮੈਂ ਚੱਲਾਂ ਜੀ ਕਾਲਜ 'ਤੇ ਮੁੰਡੇ ਕਰਨ ਦੇ ਸਾਫ਼ ਸਫਾਈ, ਅਤੇ ਸਾਰੇ ਜਣੇ ਲੱਗੇ ਸਾਫ਼ ਸਫਾਈ ਕਰਨ। ਅੱਜ ਕਹਿੰਦੇ ਸਾਰਾ ਲਿਸ਼ਕਾ ਦੇਣਾ ਜਿੰਨੇ ਚਿਰ ਨੂੰ ਆਪਾਂ ਆਵਾਂਗੇ। ਅਤੇ ਆਪਾਂ ਚਲੋ ਇੱਕ ਵਾਰ ਕਲਾਸ ਤੋਂ ਹੋ ਆਈਏ, ਅਤੇ ਫਿਰ ਆ ਕੇ ਅਤੇ ਤੁਹਾਨੂੰ ਮਿਲਾਂਗੇ ਦੁਬਾਰਾ। ਅਤੇ ਚਲੋ ਬਾਏ ਬਾਏ ਕਰ ਦਈਏ ਉਹਨਾਂ ਨੂੰ, ਅਤੇ ਫਿਰ ਆ ਕੇ ਤੁਹਾਡੇ ਨਾਲ ਕਰ ਦਈ ਗੱਲ। ਆਪਾਂ ਚੱਲੀਏ ਪਹਿਲਾਂ ਕਾਲਜ, ਅਤੇ ਕਾਲਜ ਤੋਂ ਹੋ ਕੇ ਅਤੇ ਫਿਰ ਆਪਾਂ ਕਲਾਸ ਲਾਵਾਂਗੇ ਪਹਿਲਾਂ। ਅਤੇ ਜਿਹੜੀ ਆਪਣੀ ਸਟੈਟ ਦੀ ਹੈਗੀ ਯਾਰ, ਇਹ 3 ਘੰਟੇ ਦੀ ਕਲਾਸ ਹੁੰਦੀ ਆ, ਬਹੁਤ ਲੰਬੀ ਚੱਲ ਜਾਂਦੀ ਯਾਰ ਇਹ ਕਲਾਸ। ਇਹ ਮੈਨੂੰ ਵਧੀਆ ਨਹੀਂ ਲੱਗਦੀ ਅਟੈਂਡ ਕਰਨੀ, ਪਰ ਫਿਰ ਵੀ ਸਟੈਂਡ ਤਿਆਰ ਕਰਨੀ ਪੈਣੀ ਆ, ਜੋ ਮਰਜ਼ੀ ਕਹਿ ਲਓ। ਕੱਲ੍ਹ ਰਾਤੀ ਮੈਂ ਆਪਣੇ ਪੁਰਾਣੇ ਵਾਲੇ ਫੋਨ ਦਾ ਉਹ ਵੀ ਉਤਾਰਤਾ ਸੀ, ਅਤੇ ਨਿਊ ਲੁੱਕ ਚੈੱਕ ਕਰੋ ਫੋਨ ਦੀ ਕਿੱਦਾਂ ਦੀ ਆ। ਉਹ ਵੀ ਗਾਈਸ ਆ ਗਏ ਨਹੀਂ ਆਪਾਂ ਕਾਲਜ, ਅਤੇ ਕਰੋ ਕਾਲਜ ਦਾ ਮਾਹੌਲ ਚੈੱਕ। ਅੱਜ ਧੁੱਪ ਲੱਗੀ ਹੋਈ ਆ, ਬਹੁਤ ਵਧੀਆ ਧੁੱਪ ਆ ਅੱਜ। ਅਤੇ ਹੁਣ ਆਪਾਂ ਜਾ ਕੇ ਤੁਹਾਨੂੰ ਮਿਲਾਉਂਦੇ ਹਾਂ ਅੰਕਿਤ ਸੰਧੂ ਭਰਾ ਨਾਲ, ਉਹ ਅਮਰਦੀਪ ਤੁਰਿਆ ਜਾਂਦਾ ਜੀ, ਇਹ ਕਰਦੇ ਤੁਹਾਡੇ ਨਾਲ ਅੰਦਰ ਜਾ ਕੇ ਗੱਲ। ਲਓ ਵੀ ਗਾਈਸ ਮਿਲੋ ਅੰਕਿਤ ਸੰਧੂ ਨਾਲ, ਅੰਕਿਤ ਸੰਧੂ ਭਰਾ ਆਪਣਾ, ਬਦਮਾਸ਼ ਛੋਰਾ, ਬਦਮਾਸ਼ ਭਾਈ ਨਾਲ ਮਿਲੋ ਇੱਕ ਦੇ ਆਪਣੀ। ਹੈਂ ਅੰਕਿਤ, ਅੰਕਿਤ ਉਦਾਸ ਉਦਾਸ ਕਿਉਂ ਇੰਨਾ ਅੰਕਿਤ, ਅੱਜ ਕੀ ਚੱਕਰ ਹੋਇਆ? ਨੰਬਰ ਨੰਬਰ ਕਿਹੜੀ ਚੀਜ਼ 'ਚ ਨਹੀਂ ਆਉਂਦੇ ਵਧੀਆ ਤੇਰੇ, ਸਟੈਟ 'ਚ ਨਹੀਂ ਆਉਂਦੇ? ਚੱਲ ਕੋਈ ਨਹੀਂ, ਬੰਟੀ ਬੜਾ ਕੱਚਾ ਜਿਹਾ ਹੋ ਕੇ ਬੈਠਾ ਯਾਰ। ਮੈਨੂੰ ਦੇਖੋ, ਮੈਨੂੰ ਕੋਈ ਫਰਕ ਪੈਂਦਾ, ਮੇਰੇ ਵੀ ਵਧੀਆ ਆਉਂਦੇ, ਟੈਨਸ਼ਨ ਨਹੀਂ ਲਈਦੀ ਯਾਰ। ਕਿੱਥੇ ਆਉਂਦੇ ਵਧੀਆ ਨੰਬਰ ਤੇਰੇ, ਸਟ੍ਰੈਸ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਜ਼ਿੰਦਗੀ 'ਚ ਨਾ ਸਟ੍ਰੈਸ ਨਹੀਂ ਲੈਣਾ ਚਾਹੀਦਾ ਕਦੇ ਵੀ ਬੰਦੇ ਨੂੰ। 500 ਕੇ ਨਹੀਂ, ਤੇਰੇ ਮੂੰਹ 'ਚ ਘਿਓ ਸ਼ੱਕਰ ਜੇ 500 ਕੇ ਹੋ ਗਏ, ਜਾ ਜੋ ਕਹੇਗਾ ਤੈਨੂੰ ਉਹੀ, ਜੋ ਕਹੇਗਾ ਉਹੀ ਜੇ 500 ਕੇ ਹੋ ਗਏ ਆਪਣੇ। ਲਓ ਵੀ ਗਾਈਸ ਬ੍ਰੇਕ ਮਿਲ ਗਈ ਜੀ ਕਲਾਸ ਤੋਂ, ਭਰਾਵਾ ਆਪਾਂ ਤਾਂ ਸੁੱਤੇ ਅੱਜ ਚੰਗੇ ਨਹੀਂ ਲਈ ਗੁਰੂਆ, ਤੰਗ ਬੜਾ ਲਾਇਬ੍ਰੇਰੀ ਯਾਰ, ਬੜੀ ਲੰਬੀ ਕਲਾਸ ਹੁੰਦੀ ਮੰਨੇ। ਹੈਂ 4 ਘੰਟੇ ਦੀ ਹੁੰਦੀ ਆ, 4 ਘੰਟੇ ਦੀ, 3.5 ਘੰਟੇ ਦੀ ਕਲਾਸ 'ਚ ਗੁਰੂਆ ਤੰਗ ਕਰ ਰੱਖਿਆ ਮੁੰਡੇ ਸਾਹਮਣੇ। ਦੇਖੋ ਉਹ ਇੱਕੋ ਇਹਨਾਂ ਨੂੰ 50 ਮਿੰਟ ਦੀ ਬ੍ਰੇਕ ਮਿਲੀ ਪੂਰੀ, ਨਹੀਂ ਇਹ ਪੂਰੇ ਦਿਨ ਦੀ, ਇਹਨਾਂ ਨੂੰ 50 ਮਿੰਟ ਦੀ ਬ੍ਰੇਕ ਦਿੱਤੀ ਆ। ਉਹ ਵੀ ਗਾਈਸ ਕਲਾਸ ਲਾ ਕੇ ਤੇ ਹੋ ਗਏ ਫ੍ਰੀ। ਅੰਕਿਤ ਸੰਧੂ ਕਿੱਧਰ ਜਾਂਦਾ ਇੱਧਰ ਆ, ਅੰਕਿਤ ਭੱਜਦਾ ਹੀ ਇੱਧਰ ਆ। ਅੰਕਿਤ ਮੁੰਡਿਆਂ ਨੂੰ ਐਕਸਪੀਰੀਅੰਸ ਤਾਂ ਦੱਸ ਸਟੈਟ ਦੀ ਕਲਾਸ ਦਾ, ਇਨਵਾਇਰਮੈਂਟ ਵਾਲੇ ਹੋਣੇ ਆ ਮਾਈ ਇਨਟੇਕ 'ਚ, ਵੀਰ ਪੁੱਛਣ ਦੇ ਕਹਿੰਦੇ ਕਿ ਇਨਵਾਇਰਮੈਂਟਲ ਕੋਰਸ ਕਿੱਦਾਂ ਦਾ ਵਾ, ਦੱਸੋ ਮਾੜਾ ਜਿਹਾ, ਵੇਖ ਤੇ ਸਹੀ ਇੱਧਰ ਦੱਸ ਉਹਨਾਂ ਨੂੰ। ਗੋਡੇ ਆ ਜੌਬ ਯਾਰ, ਜੌਬ ਵੇਖ ਲਓ, ਜੌਬ ਦੱਸ ਦਿਓ। ਲਓ ਵੀ ਗਾਈਸ ਅੰਕਿਤ ਸੰਧੂ ਵੱਲੋਂ ਫਰਮਾਇਸ਼ ਆਈ ਆ ਕਿ ਜਿਹੜੇ ਕਮੈਂਟ ਕਰਦਾ, ਕਮੈਂਟ ਆਉਂਦੇ ਆ ਵੀਰ ਭਰਾਵਾਂ ਦੇ, ਉਹ ਸਾਰੇ ਰਿਪਲਾਈ ਦਿਆ ਕਰੋ। ਅਤੇ ਅੰਕਿਤ ਕਹਿੰਦਾ ਕਿ ਬੰਦਾ ਇੱਕ ਰੱਖ ਲਓ, ਅਤੇ ਮੈਂ ਸੋਚ ਲਿਆ ਵਾ ਕਿਹੜਾ ਬੰਦਾ ਰੱਖਣਾ। ਆਪਾਂ ਫਿਰ ਜੈਦੀਪ ਸੋਢੀ ਨੂੰ ਆਪਾਂ ਰੱਖ ਦਿੱਤਾ ਵਾ, ਮੋਡਰੇਟਰ ਆਪਣੇ ਕਲੈਨ ਕਹਿੰਦੇ ਆ ਯਾਰ, ਕਲੈਸ਼ ਆਫ ਕਲੈਨ ਹੀ ਚੜ੍ਹੀ ਪਈ ਆ। ਆਪਣੇ ਚੈਨਲ ਦਾ ਮੋਡਰੇਟਰ ਆਪਾਂ ਅੰਕਿਤ ਸੰਧੂ ਨੂੰ ਰੱਖ ਦਿੰਦੇ ਹਾਂ। ਅੰਕਿਤ ਸੰਧੂ ਠੀਕ ਆ ਕਿ ਜੈਦੀਪ ਸੋਢੀ, ਚਾਚਾ ਸੋਢੀ ਨੂੰ ਰੱਖ ਦਿੰਦੇ ਹਾਂ, ਅਤੇ ਅੰਕਿਤ ਸੰਧੂ ਦੋਵਾਂ ਨੂੰ ਰੱਖ ਤਾ ਲੈ, ਦੋਵਾਂ ਨੂੰ, ਅਤੇ ਦੋਵਾਂ ਨੂੰ ਜਿੰਨਾ ਵੀ ਕਮੈਂਟ ਦੇਖ ਲਈ ਉਹ ਤੁਹਾਨੂੰ ਰਿਪਲਾਈ ਕਰਿਆ ਕਰੂਗਾ। ਅਤੇ ਓ ਮਾਈ ਫਰੈਂਡ ਜੀ ਜੇ, ਮੀਟ ਮਾਈ ਫਰੈਂਡ ਜੀ ਜੇ, ਹਾਉ ਆਰ ਯੂ ਬ੍ਰੋ, ਇਨ ਯੂਟਿਊਬ ਯੂ ਗੁੱਡ ਜੀ ਭਾਈ, ਖਾਈ ਭਾਈ ਕੈਸੇ ਹੋ? ਅੰਕਿਤ ਤੇ ਸੋਢੀ ਚਾਚਾ ਹੁਣ ਤੋਂ ਮੋਡਰੇਟਰ ਹੈਗੇ ਆਪਣੇ ਚੈਨਲ ਦੇ, ਜਿਹੜੀ ਵੀ ਕਮੈਂਟ ਆਊਗੀ ਉਹਦੇ ਰਿਪਲਾਈ ਤੁਸੀਂ ਸੋਚ ਸਮਝ ਕੇ ਦੇਣੇ ਆ, ਠੀਕ ਆ? ਜ਼ਰੂਰ ਜ਼ਰੂਰ, ਆਹੋ ਸਹੀ ਕਮੈਂਟ ਦੇਣੇ ਆ, ਆਈ ਨਹੀਂ ਗਲਤੀ ਚੀਜ਼ਾਂ ਦੱਸੀ ਜਾਓ ਤੁਸੀਂ। ਆ ਮਾਜ਼ਾ ਕਹਿੰਦੇ ਆ ਗਏ ਸੀ ਉਸਤਾਦ ਜੀ ਘਰੇ, ਠੀਕ ਹੋਣੀ ਕੀ ਕੀਤਾ ਸੀ ਮੂੰਹ ਨੂੰ ਬੜਾ ਲਾਲ ਜਿਹਾ ਹੋਇਆ, ਹੈਂ ਕੱਢ ਲਾ ਤੂੰ ਲਿਆ ਜੱਗੀ ਡਾਊਨ।
ਕਰੇ ਹੈਗਾ ਕੋਈ ਚਲੋ ਠੀਕ ਆ ਲੋ ਵੀ ਗਾਈਜ਼ ਆਪਾਂ ਤੇ ਆ ਗਏ ਹਾਂ ਘਰ ਤੇ ਬਾਕੀ ਚੱਲੇ ਹੀ ਕਲਾਸ ਹੈਗੀ ਆ ਤੇ ਆਪਾਂ ਵੀ ਉਹ ਵੀ ਗਾਈਜ਼ ਆਪਾਂ ਆ ਗਏ ਸੀ ਘਰ ਤੇ ਹੁਣ ਘਰ ਆ ਗਏ ਹਾਂ ਤੇ ਸਵੇਰ ਦਾ ਕੁਛ ਖਾਧਾ ਨਹੀਂ ਹੈ ਤੇ ਕੁਛ ਖਾਈਏ ਤੇ ਅੱਜ ਹਵਾ ਤੁਹਾਨੂੰ ਦਿਖਾਉਣਾ ਬਾਹਰ ਪਰ ਉਹ ਚੱਕ ਤੇਜ਼ ਚੱਲਣ ਦੀ ਆ ਪੂਰਾ ਫਲੈਗ ਦਿਖਣ ਤੇ ਦਿਆਣੀ ਆ ਪਰ ਤੇਜ਼ ਚੱਲਣ ਦੀ ਆ ਹਵਾ ਅਤੇ ਸਾਫ਼ ਸਫਾਈ ਮੁੰਡਿਆਂ ਨੇ ਕਰਤੀ ਹੀ ਆਉਂਦਿਆਂ ਨੂੰ ਆਹ ਬਸ ਆਪਣੀ ਲੋਕੇਸ਼ਨ 'ਤੇ ਕਰਨਾ ਬਾਕੀ ਠੀਕ ਹੀ ਆ ਸਾਫ਼ ਹੀ ਆ ਅਤੇ ਕਰਦੇ ਹੁਣ ਤੁਹਾਡੇ ਨਾਲ ਬਾਜੂ ਗੱਲ ਪਹਿਲਾਂ ਬ੍ਰੈਡ ਔਮਲੇਟ ਬਣਾ ਲਈਏ ਅਤੇ ਫਿਰ ਉਹ ਖਾਈਏ ਅਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲ ਆਪਣਾ ਬ੍ਰੈਡ ਔਮਲੇਟ ਤੋਂ ਗਿਆ ਤਿਆਰ ਅਤੇ ਸ਼ਕਲ 'ਤੇ ਨਾ ਜਾਇਓ ਯਾਰ ਉਹਦੀ ਸਵਾਦ ਆ ਮੈਂ ਖਾ ਕੇ ਵੇਖ ਲਿਆ ਵਾ ਸਾਡੀ ਨਾ ਯਾਰ ਉਹ ਸਿੱਪੀ ਕਹਿੰਦੇ ਸ਼ਾਇਦ ਉਹ ਗਾਇਬ ਹੋ ਗਈ ਆ ਲੱਭਣ ਨਹੀਂ ਦੀ ਉਹਦੇ ਕਰਕੇ ਟੁੱਟ ਜਾਂਦਾ ਵਾ ਫਿਰ ਮੈਂ ਚਮਚੇ ਦੇ ਨਾਲ ਹੀ ਉਹਨੂੰ ਸਪੂਨ ਦੇ ਨਾਲ ਹੀ ਕਰ ਦਿੰਦਾ ਉਹ ਪਲਟ ਅਤੇ ਤਾਂ ਕਰਕੇ ਇੱਦਾਂ ਦਾ ਹੋ ਗਿਆ ਇਹਦਾ ਹੁਲੀਆ ਪਰ ਦੇਖਣ 'ਚ ਵੀ ਠੀਕ ਠਾਕ ਹੀ ਲੱਗ ਰਿਹਾ ਅਤੇ ਖਾਣ 'ਚ ਤਾਂ ਯਾਰ ਯੰਮੀ ਆ ਖਾ ਕੇ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਉਹ ਵੀ ਗਾਈਸ ਬ੍ਰੈਡ ਔਮਲੇਟ ਖਾ ਕੇ ਹੋ ਗਏ ਸੀ ਫਰੀ ਅਤੇ ਕਿਚਨ ਅੱਜ ਦੇਖ ਹੀ ਸਕਦੇ ਹੋ ਆਪਣੀ ਸਾਫ਼ ਆ ਆਲਮੋਸਟ ਮਸੋ ਗੜਵੀ ਪਈ ਚਾਲੀ ਉਹਨਾਂ ਪਤਾ ਨਹੀਂ ਕਿਹਦੀ ਅਤੇ ਹੋਰ ਹੁਣ ਮੈਂ ਸੋਚਦਾ ਯਾਰ ਬੈਡਿੰਗ ਆਪਣਾ ਬੈੱਡ ਵੇਖ ਕੇ ਨੀਂਦ ਜੀ ਆਉਣ ਲੱਗ ਗਈ ਆ ਕਿ ਸੋ ਜਾਈਏ ਥੋੜ੍ਹਾ ਟਾਈਮ ਅਤੇ ਵੇਖਦੇ ਹਾਂ ਲੰਮੇ ਪੈਂਦੇ ਹਾਂ ਜੇ ਤਾਂ ਨੀਂਦ ਆ ਗਈ ਅਤੇ ਫਿਰ ਸੋ ਜਾਵਾਂਗੇ ਅਤੇ ਫਿਰ ਉੱਠਦੇ ਹਾਂ ਥੋੜ੍ਹੇ ਚਿਰ ਤੱਕ ਕਿਉਂਕਿ ਸਵੇਰੇ ਵੀ ਜਲਦੀ ਉੱਠੇ ਸੀ ਕਲਾਸ ਦੇ ਚੱਕਰ 'ਤੇ ਕੱਲ੍ਹ ਸਵੇਰੇ ਫਿਰ ਤੋਂ ਜਲਦੀ ਕਲਾਸ ਆ ਸਾਡੀ 9 ਵਜੇ ਕਲਾਸ ਆ ਮੇਰੀ ਸੋਰੀ ਲੈਬ ਆ 9 ਵਜੇ ਅਤੇ ਉੱਥੇ ਵੀ ਜਾਣਾ ਵਾ ਅਤੇ ਬਾਕੀ ਤੁਹਾਨੂੰ ਮਿਲਾਉਂਦੇ ਬਾਕੀ ਆ ਨਾ ਵੀ ਉਹ ਵੀਰ ਵਰਕ ਪਰਮਿਟ ਵਾਲਾ ਵੀਰ ਜੀ ਅਤੇ ਅੰਦਰ ਪਿਆ ਬਾਹਮਣ ਅਮਨਦੀਪ ਐਕਚੁਲੀ ਅਤੇ ਆਪਾਂ ਹੁਣ ਚਲੋ ਸੋਈਏ ਇੱਕ ਵਾਰ ਅਤੇ ਫਿਰ ਉੱਠ ਕੇ ਅਤੇ ਫਿਰ ਕਰਾਂਗੇ ਤੁਹਾਡੇ ਨਾਲ ਗੱਲ ਓਕੇ ਗਾਈਸ ਜੋਬ ਰਿਲੇਟਡ ਗੱਲ ਕਰਦਾ ਫੋਟ ਮਹਿਕਮਰੀ ਦੀ ਮੇਨ ਟੇਕ ਵਾਲੇ ਵੀਰ ਆਉਂਦੇ ਆ ਉਹਨਾਂ ਨੂੰ ਬਹੁਤ ਕਿਊਰੋਸਿਟੀ ਹੋਣੀ ਆ ਕਿ ਜੋਬਸ ਦਾ ਕੀ ਹਾਲ ਚਾਲ ਆ ਇੱਥੇ ਫੋਟ ਮਹਿਕਮਰੀ 'ਚ ਮੇਰਾ ਵੀਰ ਕੋਈ ਐਕਸਪੈਕਟੇਸ਼ਨਸ ਨਾ ਲੈ ਕੇ ਆਇਓ ਬਾਕੀ ਤੁਹਾਨੂੰ ਸਾਰਾ ਕੁਝ ਦੱਸਦੇ ਆ ਇੱਕ ਵਾਰ ਸੋ ਕੇ ਉੱਠ ਲੈਣ ਦਿਓ ਉਹ ਵੀ ਗਾਈਸ ਯਾਰ ਹੁਣੇ ਉੱਠ ਗਏ ਸੀ ਸੋ ਕੇ ਅਤੇ ਸੋਰੀ ਹਾਂ ਹੁਣ ਠੀਕ ਆ ਅਤੇ ਹੁਣ ਆਪਾਂ ਯਾਰ ਕਰਨਾ ਵਾ ਸਬਜ਼ੀ ਆਪਣੀ ਕੱਲ੍ਹ ਵਾਲੀ ਪਈ ਸੀ ਕੱਲ੍ਹ ਆਪਾਂ ਚਣੇ ਬਣਾਏ ਸੀ ਚੈੱਕ ਕਰੋ ਇੱਕ ਵਾਰ ਪੂਰੀ ਓਕੇ ਰਿਪੋਰਟ ਆ ਸਬਜ਼ੀ ਅਤੇ ਕੱਲ੍ਹ ਦੀ ਪਈ ਕੱਲ੍ਹ ਰਾਤੀ ਬਣਾਈ ਹੋਈ ਸੀ ਰਾਤੀ ਕਿਨੇ ਖਾਧੀ ਨਹੀਂ ਆ ਥੋੜ੍ਹੀ ਬਹੁਤੀ ਖਾਧੀ ਆ ਅਤੇ ਆਟਾ ਵੀ ਗੁੱਜਾ ਪਿਆ ਹੁਣ ਬਸ ਰੋਟੀਆਂ ਲਾਉਣੀਆਂ ਹੁਣ ਤੋਂ ਆਪਾਂ ਹੋ ਗਏ ਟਾਈਮ ਦੇ ਪੱਕੇ ਬਾਹਮਣ ਵੀਰ ਜੀ ਟਾਈਮ ਕਿੰਨਾ ਆਇਆ ਸਵਾ ਦਾ ਹੋ ਗਏ ਹੁਣ ਤੋਂ ਰੋਟੀਆਂ ਆਪਾਂ ਛੇਤੀ ਖਾ ਲਿਆ ਕਰਦੀਆਂ ਅਤੇ ਬਾਕੀ ਵੀਰ ਭਰਾ ਸਾਡੇ ਆਪਣੇ ਬੈਠੇ ਹੀ ਉੱਧਰ ਚਿੱਲ ਕਰੀ ਜਾਂਦੇ ਆ ਇੱਧਰ ਪਤਾ ਨਹੀਂ ਕੌਣ ਯਾਰ ਮੈਂ ਕਰਨੀ ਵਲੌਗ ਦੀ ਐਂਡਿੰਗ ਕਿਉਂਕਿ ਰਾਤ ਬਹੁਤ ਹੋ ਗਈ ਆ ਅਤੇ ਬਾਕੀ ਕਰੀਏ ਤੁਹਾਡੇ ਨਾਲ ਹੁਣ ਜੋਬ ਵਾਲੀ ਗੱਲ ਅਤੇ ਮੇਰਾ ਵੀਰ ਜਿੰਨੇ ਵੀ ਯਾਰ ਆਉਣਾ ਨਾ ਫੋਟ ਮਹਿਕਮਰੀ ਯਾਰ ਜੋਬ ਦੀ ਕੋਈ ਐਕਸਪੈਕਟੇਸ਼ਨਸ ਨਾ ਲੈ ਕੇ ਆਇਓ ਕਿ ਜਿੱਦਾਂ ਕਿ ਮੈਂ ਆਇਆ ਸੀ ਸਾਨੂੰ ਏਜੰਟ ਨੇ ਕਿਹਾ ਸੀ ਕਿ ਮਤਲਬ ਛੋਟੀ ਸਿਟੀ ਆ ਟਾਊਨ ਆ ਇੱਥੇ ਪੋਪੂਲੇਸ਼ਨ ਘੱਟ ਹੋਣੀ ਆ ਜੋਬ ਓਪਰਚੁਨਿਟੀਜ਼ ਜ਼ਿਆਦਾ ਹੋਣੀਆਂ ਨੋ ਡਾਊਟ ਓਪਰਚੁਨਿਟੀਜ਼ ਇੱਥੇ ਬਹੁਤ ਹੈਗੀਆਂ ਵਾ ਯਾਰ ਬਹੁਤ ਜ਼ਿਆਦਾ ਜੋਬ ਹੈਗੀ ਆ ਇੰਡੀਡ 'ਤੇ ਸਰਚ ਕਰੋਗੇ ਤਾਂ ਵਾਧੂ ਜੋਬਾਂ 700-800 ਜੋਬਾਂ ਆਉਂਦੀਆਂ ਪਰ ਉਹ ਸਾਰੀਆਂ ਹੈਗੀਆਂ ਸਕਿੱਲਡ ਬੇਸਡ ਜਿੰਨੇ ਚਿਰ ਤੱਕ ਆਪਣੇ ਕੋਲ ਸਕਿੱਲ ਨਹੀਂ ਹੈਗੀ ਉੰਨੇ ਚਿਰ ਤੱਕ ਉਹ ਜੋਬਸ ਦਾ ਕੋਈ ਫਾਇਦਾ ਨਹੀਂ ਆ ਅਤੇ ਬਾਕੀ ਜਿੰਨੇ ਵੀ ਵੀਰ ਆਉਂਦੇ ਆ ਇਹ ਐਕਸਪੈਕਟੇਸ਼ਨਸ ਨਾ ਰੱਖਿਓ ਕਿ ਛੋਟੀ ਛੱਟੀ ਆ ਜਾਂਦੇ ਹੀ ਸਾਨੂੰ ਜੋਬ ਮਿਲ ਜੂਗੀ ਜੋਬ ਅਜੇ ਤੱਕ ਇੱਥੇ ਜਿੰਨੇ ਸਾਡੇ ਆਏ ਆ ਜਨਵਰੀ ਇਨਟੇਕ ਵਾਲੇ ਉਹਨਾਂ ਨੂੰ ਹਾਰਡਲੀ 1% ਲੋਕਾਂ ਨੂੰ ਜੋਬ ਮਿਲੀ ਆ ਉਹ ਵੀ ਕਿੱਦਾਂ ਮਿਲੀ ਆ ਅੱਧਿਆਂ ਨੂੰ ਮਿਲੀ ਰੈਫਰੈਂਸ ਦੇ ਥਰੂ ਅਤੇ ਕਈਆਂ ਨੂੰ ਮਿਲੀ ਜਿਨ੍ਹਾਂ ਕੋਲ ਸਕਿੱਲ ਹੈਗੀ ਆਲਰੇਡੀ ਅਤੇ ਬਾਕੀ ਮੈਂ ਇਹ ਸੱਚਾਈ ਤਾਂ ਦੱਸਣ ਦਿਆਂ ਵਾਂ ਕਿਉਂਕਿ ਮੇਰੇ ਵੀ ਜਿੱਦਾਂ ਕਿ ਸਾਡਾ ਇੱਥੇ ਆ ਕੇ ਹੋਇਆ ਸੀ ਕਿ ਯਾਰ ਅਸੀਂ ਸੋਚਿਆ ਕਿ ਜਾਂਦੇ ਜੋਬ ਮਿਲ ਜੂਗੀ ਮਹੀਨੇ ਬਾਅਦ 2 ਮਹੀਨੇ ਬਾਅਦ ਮਿਲ ਜੂਗੀ 2 ਮਹੀਨੇ ਹੋ ਗਏ 3 ਮਹੀਨੇ ਉਹ ਚੱਲੇ ਆ ਹਜੇ ਤੱਕ ਜੋਬ ਨਹੀਂ ਮਿਲੀ ਅਤੇ ਮੇਨ ਟੇਕ ਵਾਲੇ ਵੀਰਾਂ ਨੇ ਵੀ ਆਉਣਾ ਵਾ ਅਤੇ ਉਦੋਂ ਵੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਡਿਫੀਕਲਟੀਜ਼ ਆਉਣਗੀਆਂ ਜੋਬ ਦੇ ਵਿੱਚ ਅਤੇ ਬਾਕੀ ਟੈਨਸ਼ਨ ਲੈਣ ਵਾਲੀ ਸਟ੍ਰੈਸ ਲੈਣ ਵਾਲੀ ਮੇਰੇ ਭਰਾਵੋ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਾਨੂੰ ਵੀ ਜੋ ਵੀ ਆ ਹਰ ਜਗ੍ਹਾ ਹੌਸਲਾ ਦੇ ਦਿੰਦੇ ਆ ਕਹਿੰਦੇ ਆ ਕਿ ਮਤਲਬ ਕਿ ਸਮਰ 'ਚ ਜੋਬ ਮਿਲ ਜੂਗੀ ਸਮਰ 'ਚ ਜੋਬ ਮਿਲ ਜੂਗੀ ਅਤੇ ਸਮਰ ਅਜੇ ਪਤਾ ਨਹੀਂ ਕਦੋਂ ਆਉਣੀ ਹਾਲੇ ਤੱਕ ਬਾਹਰ ਮਤਲਬ ਕਿ ਉਹ ਹੈਗੀ ਆ ਸਨੋ ਹੀ ਸਨੋ ਹੋਇਆ ਪਿਆ ਕੰਮ ਅਤੇ ਵੇਖੋ ਕਦੋਂ ਆਉਂਦੀ ਆ ਸਮਰ ਉਦੋਂ ਸ਼ਾਇਦ ਜੋਬ ਮਿਲ ਜੇ ਅਤੇ ਜੇ ਨਹੀਂ ਮਿਲੀ ਜੋ ਅਸੀਂ ਸੋਚਿਆ ਵਾ ਉਹੀ ਤੁਸੀਂ ਕਰ ਲਿਓ ਜਦੋਂ ਤੁਹਾਡਾ ਡਰੋਪ ਆਊਗਾ ਤੁਸੀਂ ਕਿਤੇ ਮੂਵ ਕਰ ਜਿਓ ਮੈਂ ਤਾਂ ਇਹੀ ਸੋਚਿਆ ਹੋਇਆ ਵਾ ਕਿ ਜਦੋਂ ਸਾਡਾ ਡਰੋਪ ਆਉਣਾ ਅਪ੍ਰੈਲ ਦੇ ਵਿੱਚ ਮਈ ਤੋਂ ਲੈ ਕੇ ਅਗਸਤ ਦਾ ਸਾਡਾ ਡਰੋਪ ਆ ਅਤੇ ਉਦੋਂ ਹੀ ਸੋਚਿਆ ਕਿ ਕਿਤੇ ਹੋਰ ਜਗ੍ਹਾ 'ਤੇ ਮੂਵ ਕਰ ਜਾਵਾਂਗੇ ਜਿੱਥੇ ਜੋਬ ਹੋਊਗੀ ਅਤੇ ਬਾਕੀ ਜੇ ਤਾਂ ਇੱਥੇ ਮਿਲ ਗਈ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਸਾਨੂੰ ਮੂਵ ਕਰਨਾ ਪੈਣਾ ਵਾ ਅਤੇ ਹੁਣ ਜਲਦੀ ਮਿਰਰ ਵਾਲਾ ਰੂਮ ਆਪਣਾ ਖੁੱਲ੍ਹਦਾ ਵਾ ਵਾਸ਼ਰੂਮ 'ਤੇ ਫਿਰ ਆਪਾਂ ਵਲੌਗ ਦੀ ਐਂਟਰੀ ਕਰੀਏ ਅਤੇ ਓਕੇ ਗਾਈਸ ਓਕੇ ਗਾਈਸ ਡਿਊਟੀ ਮਿਲ ਗਈ ਆਪਾਂ ਨੂੰ ਰੋਟੀਆਂ ਲਾਉਣ ਦੀ ਹੁਣ ਮੈਂ ਚੇਚਾ ਉੱਠ ਗਿਆ ਹਾਂ ਫਿਰ ਮੈਂ ਕਿੱਥੋਂ ਮਿਲੀ ਡਿਊਟੀ ਮੇਰੇ ਤੋਂ ਡਿਊਟੀ ਬਾਹਮਣ ਵੀਰ ਤੋਂ ਮਿਲ ਗਈ ਆ ਰੋਟੀਆਂ ਅੱਧਰ ਲੱਥ ਗਈਆਂ ਵਾ ਰੋਟੀਆਂ ਲੱਥੀਆਂ ਪਈਆਂ ਵਾ ਬਸ
ਤੇ ਸਬਜੀ ਬਾਅਦ ਯਾਰ ਵਲੌਗ ਐਂਡ ਕਰਨਾ ਸੀ ਉਹ ਫਿਰ ਚੱਲ ਗਿਆ ਕੋਈ ਚੱਲ ਕੋਈ ਨਹੀਂ ਕਰਦੇ ਬਾਅਦ ਵਿੱਚ ਐਂਡ ਰੋਟੀਆਂ ਲਾ ਲਈਏ ਇੱਕ ਵਾਰ ਰੋਟੀਆਂ ਲਾਓ ਪਹਿਲੇ ਮਾਲ ਸਾਹਿਬ ਮਾਲ ਸਾਹਿਬ ਆ ਲੈ ਰੋਟੀ ਬਾਬਾ ਉਹ ਰੋਟੀ ਕਿਵੇਂ ਪਾਉਂਦੇ ਆ ਵਾ ਵੀ ਗਾਇਸ ਰੋਟੀ ਪਾਣੀ ਖਾ ਕੇ ਹੋ ਗਏ ਸੀ ਫ੍ਰੀ ਤੇ ਹੁਣ ਆਪਾਂ ਯਾਰ ਕਰੀਏ ਵਲੌਗ ਦੀ ਐਂਡਿੰਗ ਤੇ ਫਿਰ ਆ ਕੇ ਭਾਂਡੇ ਭੁੰਡੇ ਮਾਂਜੀਏ ਥੋੜੇ ਬਹੁਤ ਜਿਹੜੇ ਹੈਗੇ ਆ ਤੇ ਚੱਪਲ ਕੋਈ ਚੱਪਲ ਲੱਭ ਜੇ ਕੋਈ ਬੈਠੇ ਸਾਰੇ ਵੀਰ ਭਰਾ ਆਪਣੇ ਮਾਲ ਸਾਹਿਬ ਕਿੱਦਾਂ ਤੇ ਆਪਾਂ ਹੁਣ ਵਲੌਗ ਦੀ ਐਂਡਿੰਗ ਕਰਨ 'ਚ ਯਾਰ ਇੱਥੇ ਹੀ ਮਜ਼ਾ ਆਉਂਦਾ ਜੇ ਕਿਉਂਕਿ ਇੱਥੇ ਵਧੀਆ ਆਪਣਾ ਫੇਸ ਵਗੈਰਾ ਦਿਖ ਜਾਂਦਾ ਅਤੇ ਇਹੀ ਗੱਲ ਆ ਕੀ ਹੋ ਗਿਆ ਕੁਛ ਵੀ ਨਹੀਂ ਅਤੇ ਇਹੀ ਗਾਇਜ਼ ਅੱਜ ਦਾ ਵਲੌਗ ਅਤੇ ਜਿਹਨੂੰ ਜਿਹਨੂੰ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਜਿਹੜੀ ਜੋਬਸ ਵਾਲੀ ਮੈਂ ਗੱਲ ਦੱਸੀ ਆ ਉਹ ਯਾਰ ਸੱਚੀ ਇੱਦਾਂ ਦਾ ਹੀ ਹਾਲ ਆ ਮੈਂ ਖੁਦ ਐਕਸਪੀਰੀਅੰਸ ਕਰਕੇ ਦੇਖ ਲਿਆ ਇੱਕ ਵਾਰ 2-3 ਮਹੀਨੇ ਅਸੀਂ ਇੱਥੇ ਵੇਖ ਲਿਆ ਵਾ ਅਤੇ ਜਿਹਨਾਂ ਨੂੰ ਜੋਬ ਮਿਲੀ ਆ ਉਹਨਾਂ ਨੂੰ ਜਾਂ ਤਾਂ ਰੈਫਰੈਂਸ ਦੇ ਥਰੂ ਮਿਲੀ ਆ ਜਾਂ ਤਾਂ ਉਹਨਾਂ ਕੋਲ ਪਿੱਛੋਂ ਕੋਈ ਸਕਿੱਲਸ ਹੈਗੀਆਂ ਸੀ ਤਾਂ ਜੋਬ ਮਿਲੀ ਆ ਜੇ ਤਾਂ ਇਹ ਸਕਿੱਲ ਲੈ ਕੇ ਆਓਗੇ ਅਤੇ ਫਿਰ ਤਾਂ ਤੁਹਾਨੂੰ ਜੋਬ ਪੱਕੀ ਆ ਅਤੇ ਬਾਕੀ ਐਕਸਪੀਰੀਅੰਸ ਵਗੈਰਾ ਤਾਂ ਯਾਰ ਸਾਰੇ ਝੂਠੇ ਹੀ ਪਾ ਦਿੰਦੇ ਆ ਅਤੇ ਚੜ੍ਹ ਜਾਂਦੇ ਆ ਇੱਦਾਂ ਹੀ ਚੱਲ ਚੁੱਲ ਜਾਂਦੇ ਆ ਅਤੇ ਬਾਕੀ 500 ਤੋਂ ਆਪਣੇ ਬਹੁਤ ਜ਼ਿਆਦਾ ਹੋ ਗਏ 520 ਹੋ ਗਏ ਹੁਣ ਆਪਣਾ ਅਗਲਾ ਗੋਲ ਹੋਣਾ ਚਾਹੀਦਾ 500 and 50 ਅਤੇ ਕੋਸ਼ਿਸ਼ ਕਰਾਂਗੇ 600 ਤੱਕ ਵੀ ਹੋ ਜਾਣ ਅਤੇ ਬਾਕੀ ਚਲੋ ਹੁੰਦਾ ਤਾਂ ਇੱਦਾਂ ਕੁਛ ਵੀ ਨਹੀਂ ਆ ਉਹ ਰੱਬ ਕਿਰਪਾ ਉਹਨਾਂ ਦੀ ਬਾਬਾ ਜੀ ਦੀ ਉਹ ਕਰਵਾਉਣ ਵਾਲੇ ਆ ਅਤੇ ਜਿੱਦਾਂ ਚੱਲੀ ਜਾਂਦਾ ਤਾਂ ਆਪਾਂ ਚਲਾਈ ਜਾਂਦੇ ਹਾਂ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਉਹਨੇ ਚਿਰ ਤੱਕ ਟੇਕ ਕੇਅਰ ਬੀ ਹੈਲਦੀ ਬੀ ਸੇਫ ਜਿਹਨੇ ਜਿਹਨੇ ਲਾਈਕ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਦਿਓ ਯਾਰ ਲਾਈਕ ਕਮੈਂਟ ਕਰ ਦਿਆ ਕਰੋ ਇੱਦਾਂ ਹੀ ਨਾ ਚੱਲ ਜਾਇਆ ਕਰੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਬਾਏ ਗਾਈਜ਼।